ਏ ਆਕਾਸ਼वाणी ਜੰਮੂ ਹੈ ਬੜਲਾ ਖਬਰਾਂ ਚ ਤੁਹਾਨੂੰ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੈਂ ਵਿਜੇ ਪਜਾਜ ਸ਼੍ਰੀਨਗਰ ਕੀ ਖਾਣੇ ਪੀਣਿਆਲੇ ਸਮਯਾਨ ਕੀ ਡੱਬਾ ਬੰਦ ਕਰਨ ਦੇ ਇੱਕ ਪ੍ਰਮੁੱਖ ਕੇਂਦਰੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਕੱਲ ਲੈਫਟ ਲੈਂਡ ਗਵਰਨਰ ਮਨੋਜ ਸਿਨਾਉਂ ਦੀ ਮੌਜੂਦਗੀ ਚ ਜੰਮੂ ਕਸ਼ਮੀਰ ਸਰਕਾਰ ਤੇ ਦੁਬਈ ਦੇ ਲੂਲੂ ਗਰੁੱਪ ਵਿਚਕਾਰ ਇੱਕ ਸਹਿਮਤੀ ਪੱਤਰ ਐ ਪ੍ਰਦਸਖਤ ਕੀਤੇ ਗਏ ਨ ਮੁਖ ਸਕੱਚਿਵ ਡਾਕਟਰ ਅਰुण ਕੁਮਾਰ ਮਹਿਤਾਵ ਨੇ ਜੰਮੂ ਕਸ਼ਮੀਰ ਚ ਕੋਰੋਨਾ ਦੀ ਮੌਜੂਦਾ ਸਥਿਤੀ ਤੇ ਕੁਸਾ ਵੀ ਖਤਰੇ ਕਨ ਨਿਭੜਨੇ ਕੀ ਤਿਆਰੀਆਂ ਦੀ ਸਮੀਖਿਆ ਕੀਤੀ ਹੈ कोरोना ਦੇ ਮਾਮਲੇ ਵਿੱਚ ਚਾਂਚਕ ਵਾਧੇ ਦੀ ਦਿਖਦੀ ਹੋਈ ਡਾਕਟਰਾਂ ਨੇ ਨੀਮ ਡਾਕਟਰੀ ਅਮਲੇ ਤੇ ਹੋਰ ਨਿਸ਼ਚਿਤ ਕਰਮੀਆਂ ਦੀਆਂ ਸੱਭੇ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਕ੍ਰਿਕਟ 'ਚ ਪਾਰਤਾਸੀਆ ਰੱਖੇ ਗਏ 240 ਰੰਜੇ ਦੇ ਲਕਸ਼ ਦਾ ਪਿੱਛਾ ਕਰਦੀ ਹੋਈ ਕੱਲ ਮੈਚ ਦੇ ਤਰੀਕੇ ਰੋਜ਼ ਦੇ ਖੇਡ ਮੁੱਕ ਨੇ ਪਰ ਦੱਖਣ ਅਫਰੀਕਾ ਦੀ ਟੀਮ ਦੋਂ ਵਿਕਟਾਂ ਦੇ ਨੁਕਸਾਨ ਉੱਪਰ 118 ਰੰਜ ਪਰ ਖੇਡਾ ਕਰਦੀ ਹੀ ਖਬਰਿੰਦੀ ਤਫਸੀਲ ਕੋਲਾ ਪਹਿਲੇ ਇੱਕ ਜ਼ਰੂਰੀ ਸੁਨੇਹਾ ਭਾਰਤ ਜਿਸ ਲੈ ਕੋਵਿਡ 'ਚੋਂ ਬਚਾਅ ਲਈ 150 ਕਰੋੜ ਟੀਕੇ ਲਾਉਣ ਦੇ ਅੰਕੜੇ ਕੀ ਪਾਰ ਕਰਨੇ ਗਿਆ ਹੈ ਤਾਂ ਇਹਦਾ ਨਵਾਂ ਰੂਪ ਓਮਿਕਰੋਨ ਇੱਕ ਚਿੰਤਾ ਦਾ ਕਾਰਨ ਬਣੇਦਾ ਹੈ ਅਸ ਆਪਣੇ ਸ਼ਰੋਤਿਆਂ ਅੱਗੇ ਅਪੀਲ ਕਰਨੇ ਆ ਜਿਓ ਤੌਲੇ ਟੀਕਾ ਲੁਆਇਲਣ ਤੇ 15 ਕੁਲਾ 18 ਬਰੇਂਤੋੜੀ ਦੀ ਉਮਰੀ ਦੇ ਬੱਚੇ ਜਿੰਦਾ ਟੀਕਾਕਰਨ ਵੀ ਸ਼ੁਰੂ ਹੋਈ ਪਿਆ ਹੈ ਦੇ ਅਲਾਵਾ ਹੋਰ ਨੇਯੋਗਯ ਲਾਭਾਰਤੀਆਂ ਦੀ ਵੀ ਟੀਕਾ ਲੁਆਇਲਣੇ ਚ ਮਦਦ ਕਰਨ ਇਹਦੇ ਇਲਾਵਾ ਤਰਉ ਸਖਲੇ ਉਪਾਏ ਦੀ ਪਾਲ ਮ ਜਾਰੀ ਰੱਖੋ ਮੂੰਹ 'ਆ ਪਰ ਮਾਸਕ ਲਾਓ ਦਉ ਗੱਜ ਦਾ ਸੁਰੱਖਿਤ ਛਿੰਡਾ ਬਣਾਈ ਰੱਖੋ ਤੇ ਹੱਥਾਂ ਤੇ ਮੂੰਹਾਂ ਦੀ ਸਾਫ ਸਫਾਈ ਉੱਪਰ ਚੇਚਾ ਧਿਆਨ ਦਿਓ ਕੋਵਿਡ-19 ਕੁਸਰ ਜਾਣਕਾਰੀ ਯਾ ਮਾਰਗਦਰਸ਼ਨ ਲਈ ਤੁਸੀਂ ਰਾਸ਼ਟਰੀ ਐਲਪਲਾਈਨ ਨੰਬਰੇ ਪਰ ਸੰਪਰਕ ਕਰ ਸਕਦੇ ਹੋ ਇਹ ਨੰਬਰ ਨ 01123978046 ਤੇ ਦੂਗਾ ਨੰਬਰ ਹੈ 1075 ਖਬਰਿੰਦੀ ਤਫਸੀਲ ਕਰਨ ਹੈ ਜਗਮੋਹਨ ਸ਼ਰਮਾ ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀਨਗਰ ਦੀ ਖਾਣੇ ਪੀਣ ਵਾਲੀਆਂ ਚੀਜ਼ਾਂ ਬਸਤੀਆਂ ਦੀ ਡੱਬਾ ਬੰਦ ਕਰਨ ਤੇ ਸਮਿਆਨ ਸਰਬੰਧੀ ਇੱਕ ਵਿਸ਼ੇਸ਼ ਇਲਾਕੇ ਦੇ ਤੌਰ ਉੱਪਰ ਵਿਕਸਿਤ ਕਰਨ ਲਈ ਦੁਬਈ ਦੇ ਲੂਲੂ ਗਰੁੱਪ ਕਰਨ ਇੱਕ ਸਹਿਮਤੀ ਪੱਤਰ ਪਰ ਦਸਤਖਤ ਕੀਤੇ ਨੇ ਦੁਬਈ ਦੇ ਜੰਮੂ ਕਸ਼ਮੀਰ ਦੇ ਲਫਨ ਗਵਰਨਰ ਮਨੋਜ ਸਿਨਹਾ ਦੀ ਮੌਜੂਦਗੀ ਚ ਬੁੱਧਵਾਰੇ ਲੂਲੂ ਗਰੁੱਪ ਦੇ ਅਧਿਆਕਸ਼ ਯੂਸਫ ਅਲੀ ਤੇ ਜੰਮੂ ਕਸ਼ਮੀਰ ਸਰਕਾਰ ਦੀ ਤਰਫਾ ਉਦਯੋਗ ਤੇ ਵਣਜ ਵਪਾਰ ਮਹਿਕਮੇ ਦੇ ਪ੍ਰਧਾਨ ਸਚਿਵ ਰੰਜਨ ਪ੍ਰਕਾਸ਼ ਠਾਕੁਰ ਨੇ ਦਸਤਖਤ ਕੀਤੇ ਇਸ ਸਹਿਮਤੀ ਪੱਤਰ ਮੁਜਬ ਲੂਲੂ ਗਰੁੱਪ ਸ੍ਰੀਨਗਰ ਚ ਖੁਰਾਕ ਦੱਬਾ ਬੰਦ ਕਰਨੇ ਤੇ ਮਾਲ ਸਮਿਆਂ ਦੇ ਇੱਕ ਵੱਡੇ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰੋਗੇ ਇਸ ਦੇ ਇਲਾਵਾ ਐਲਜੀਓ ਨੇ ਦੁਬਈ ਦੀ ਲੂਲੂ ਸੁਪਰਮਾਰਕਟ ਜਿਉਂ ਕਸ਼ਮੀਰ ਦੇ ਉਤਪਾਦਾਂ ਦੀ ਬੜਾ ਵਾਅਦਾ ਦੇਣ ਲਈ ਆਯੋਜਿਤ ਹਫਤੇ ਦਾ ਉਦਘਾਟਨ ਕੀਤਾ ਉਨੇ ਆਖਿਆ ਜੇ ਲੂਲੂ ਗਰੁੱਪ ਤੇ ਸਹਿਯੋਗ ਕਰਨੇ ਮਕਾਮੀ ਉਤਪਾਦਾਂਗੇ ਅੰਤਰਰਾਸ਼ਟਰੀ ਸੱਤਰ ਪਰ ਪਛਾਣ ਤੇ ਬੜਾਵਾਤ ਹੋਗ ਤੇ ਕਨੇ ਲੋਕੇ ਲੋਕੇ ਪੁਰਸਕਾਰ ਸਰਬੰਧ ਤੇ ਕੰਮ ਕਾਰੋਬਾਰ ਵੀ ਬਦੋਗ ਉਨੇ ਆਖਿਆ ਜੇ ਭਾਰਤ ਤੇ ਸੰਯੁਕਤ ਰਾਸ਼ਟਰ ਸੰਯੁਕਤ ਅਰਬ ਅਮੀਰਾਤ ਵਿਚਕਾਰ ਬੜੇ ਪੁਰਾਣੇ ਤੇ ਨਿੱਗਰ ਰਿਸ਼ਤੇ ਦੀ ਰਵਾਇਤ ਰਹੀ ਹੈ ਉਨੇ ਆਖੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਨਤਿਤਵ ਚ ਪਿਛਲੇ ਕੇਸ਼ੂ ਬਰੇਂ ਦੌਰਾਨ ਇਨੇ ਰਿਸ਼ਤੇ ਜੋ ਔਰ ਮਤਾ ਨਿਗ ਤੇ ਮਜ਼ਬੂਤੀ ਦਿਖਣੇ ਲੱਗੀ ਹੈ ਉਨੇ ਆਖੇ ਜੇ ਲੂਲੂ ਗਰੁੱਪ ਕਸ਼ਮੀਰ ਥਮਾਸਿਓ ਪਹਿਲੇ ਕੇ ਨਵਾ ਕਰਦਾ ਹੈ ਪਰ ਉਹ ਇਹਦੇ ਚ ਇਥੋਂ ਦੇ ਮਸਾਲੇ ਵੀ ਸ਼ਾਮਿਲ ਕੀਤਾ ਗਿਆ ਹੈ ਮੁਖ ਸਚੀਵ ਡਾਕਟਰ ਅਰਣ ਕੁਮਾਰ ਮਹਿਤੋਰੇ ਕੱਲ ਇੱਕ ਮੀਟਿੰਗ ਸੱਦੀਏ ਜਮੂ ਕਸ਼ਮੀਰ ਚ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਉਹਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਕੋਰੋਨਾ ਦੀ ਜਾਂਚ ਦੇ ਕੰਮਾਂ ਚ ਵਾਧਾ ਕੀਤਾ ਜਾ ਤੇ ਰੋਜ਼ਾ ਬਰਤੀ ਘਟੋਕਟ 2 ਲੱਖ ਨਮੂਨੇ ਦੀ ਆਰਟੀਪੀਸੀਆਰ ਜਾਂਚ ਕਰਨਾ ਯਕੀਨੀ ਬਣਾਇਆ ਜਾ। ਕੋਰੋਨਾ ਦੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਤੇ ਵਿਵਸਥਾਵਾਂ ਦੀ ਸਮੀਖਿਆ ਕਰਦੇ ਹੋਏ ਮੁਖ ਸਚੀਵ ਨੇ ਆਖਿਆ ਜੇ ਕੋਰੋਨਾ ਦੇ ਮਾਮਲੇ ਚ ਤੇਜ਼ੀ ਤੇ ਇਹਦੇ ਨਵੇਂ ਸਰੂਪ ਓਮਿਕਰੋਨ ਦੇ ਖਤਰੇ 'ਤੇ ਧਿਆਨ ਅਟ ਰੱਖਦੇ ਹੋਏ ਸਭ ਪਹਿਲਾਂ ਤਿਆਰੀਆਂ ਪਹਿਲਾਂ ਹੀ ਕਰੀ ਰੱਖੀਆਂ ਜਾਣ ਜਿੰਦੇ ਚ ਦਵਾਈਆਂ ਮਸ਼ੀਨੇ ਉਪਕਰਨੇ ਤੇ ਤਾਂ ਜਗਤ ਸੁਵਿਧਾਵਾਂ ਦੀ ਵਿਵਸਥਾ ਵੀ ਸ਼ਾਮਲ ਹੈ ਉਹਨੇ ਮੂੰਹ ਪਰ ਮਾਸਕ ਲਾਣੇ ਸੁਰੱਖਿਤ ਛਿੰਡਾ ਬਣਾਈ ਰੱਖਣੇ ਤੇ ਉਹ ਨੇ ਨਿਯਮੇ ਦੀ ਪਾਲਮਾ ਯਕੀਨੀ ਬਣਾਣੇ ਦਾ ਵੀ ਨਿਰਦੇਸ਼ ਦਿੱਤਾ ਇਹਦੇ ਬਾਰੇ ਉਹਨੇ ਮੈਕਮੇ ਤੇ ਉਹ ਨੇ ਏਜੰਸੀਆਂ ਕੀ ਵੀ ਆਮ ਜਨਤਾ ਚ ਜਾਗਰੂਕਤਾ ਪੈਦਾ ਕਰਨੇ ਤੇ ਨਿਯਮੇ ਦੀ ਪਾਲਮਾ ਯਕੀਨੀ ਬਣਾਣੇ ਪਰ ਵੀ ਜ਼ੋਰ ਦਿੱਤਾ ਜਮੂ ਕਸ਼ਮੀਰ ਚ ਕੱਲ ਕਰੋਨਾ ਦੇ 418 ਨਵੇਂ ਮਾਮਲੇ ਦਰਜ ਕੀਤੇ ਗਏ ਨ ਜਿੰਦੇ ਚ 311 ਜਮੂ ਪ੍ਰਾਂਤ ਤੇ 107 ਕਸ਼ਮੀਰ ਪ੍ਰਾਂਤਾਂ ਦੇ ਵੱਖ-ਵੱਖ ਸਥਾਨਾਂ ਮੇ ਇਨੇ ਨਵੇਂ ਮਾਮਲੇ ਗਿਰ ਲਾਏ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਚ ਅਜੰਟੋੜੀ ਦੇ ਕਰੋਨਾ ਦੇ ਕੁੱਲ ਮਾਮਲੇ ਦੀ ਗਿਣਤ 344419 ਤੱਕ ਰਚਾਈਪੂਜੀ ਹੈ ਇਹਦੇ ਇਲਾਵਾ ਇਸ ਦੌਰਾਨ ਮਿਓਕੋਰ ਮਾਈਕੋਸਿਸ ਯਾਨੀ ਬਲੈਕ ਫੰਗਸ ਦਾ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਜਿਹਦੇ ਕੰਨੇ ਕੇ ਇਸ ਸਰੂਪ ਦੇ ਅਜੰਟੋੜੀ ਦੇ ਕੁੱਲ ਮਾਮਲੇ ਕੁੰਜਾਈ ਗਏ ਨ ਤੋਇਂ ਕਰੋਨਾ ਸਵਾ ਕਾਲਾ ਟੀਕਾ ਲਾਣੇ ਦਾ ਕੰਮ ਵੀ ਜੰਮੂ ਕਸ਼ਮੀਰ 'ਚ ਜ਼ੋਰਾਂ ਸ਼ੋਰਾਂ 'ਚ ਜਾ ਰਹੀ ਹੈ ਪਿਛਲੇ 24 ਘੰਟੇ ਦੌਰਾਨ ਇਥੇ 83611 ਲੋਕਾਂ 'ਕੀ ਟੀਕਾ ਲਾਇਆ ਗਿਆ ਜਦੇ ਕਰਨੇਗੇ ਜੰਮੂ ਕਸ਼ਮੀਰ 'ਚ ਅਜੇ ਤੋੜੀ ਲਾਇਗੇ ਦਿੱਤੀ ਕੀ ਦੀ ਗਿਣਤਰੀ 1 ਕਰੋੜ 99 ਲੱਖ 7313 ਹੋਈ ਗਈ ਹੈ ਜੰਮੂ ਪ੍ਰਾਂਤਾ ਚ ਕੋਰੋਨਾ ਦੇ ਨਵੇਂ ਮਾਮਲੇ ਚ ਚਾਂਚਕ ਆਇਦੇਬਾਦੇ ਕੀ ਧਿਆਨ ਚ ਰੱਖਤੀ ਹੋਈ ਡਾਕਟਰ ਨੇਮ ਡਾਕਟਰੀ ਅਮਲੇ ਤੇ ਹੋਰ ਨਸੀਤ ਕਰਮੀਆਂ ਦੀਆਂ ਸਭੇ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨਾ ਜਾਰੀ ਹੁਕਮ ਮੁਜਬ ਸਬਨੇ ਸੀਐਮਓ ਤੇ ਮੈਡੀਕਲ ਸੁਪਰਡੈਂਟੈਂਟਾਂ ਨੂੰ ਨਿਰਦੇਸ਼ ਦਿੱਤਾ ਗਿਆ ਜੋ ਕਿਸੇ ਵੀ ਮੁਲਾਜ਼ਮ ਦੇ ਅਕੈਚ ਕੋਈ ਵੀ ਛੁੱਟੀ ਮਨਜ਼ੂਰ ਨਹੀਂ ਕਰਨ ਛੜੀ ਕਿਸੇ ਗੰਭੀਰ ਬਿਮਾਰੀ ਜਾਂ ਸਿਹਤ ਸਰਵੰਦੀ ਪਰੇਸ਼ਾਨੀ ਦੀ ਛੁੜੀਏ ਅਲਪਸੰਖਿਅਕ ਮਾਮਲੇ ਤੇ ਵਕਫ ਵਿਕਾਸ ਕਮੇਟੀ ਜੰਮੂ ਕਸ਼ਮੀਰ ਦੀਆਂ ਅਧਿਆਕਸ਼ਾ ਡਾਕਟਰ ਦਰਖਸ਼ਾ ਅੰਦਰਾਬੀ ਔਰ ਸਿੱਖਿਆ ਵਿਦਿੰਦ ਇੱਕ ਸ਼ਿਸ਼ਟ ਮੰਡਲ ਕੰਨੇ ਕੱਲ ਰਾਜ ਭਵਨ ਜੰਮੂ ਚ ਲੈਫਟਨੈਂਟ ਗਵਰਨਰ ਮਨੋਜ ਸਿੰਘ ਹੋਰਨੇ ਕੀ ਮਿਲੀਆਂ ਡਾਕਟਰ ਅੰਦਰਾਬੀ ਹੋਰੇ ਜੰਮੂ ਕਸ਼ਮੀਰ ਚ ਆਲ ਜਗੇ ਸਿੱਖਿਆ ਦੇ ਖੇਤਰ ਚ ਕੀਤੀ ਗਈ ਦੀਆਂ ਸੁਧਾਰਵਾਦੀ ਪਹਿਲ ਕਦਮੀ ਲਈ ਉਹਦਾ ਆਭਾਰ ਪ੍ਰਗਟ ਕੀਤਾ ਇਸ ਦੌਰਾਨ ਸ਼ਿਸ਼ਟ ਮੰਡਲ ਐਲਜੀਓ ਦੇ ਕੰਨੇ ਜੰਮੂ ਕਸ਼ਮੀਰ ਚ ਸਿੱਖਿਆ ਦੇ ਖੇਤਰ ਚ ਆਂਦੇ ਗਏ ਦੇ ਸੁਧਾਰੇ ਦਾ ਅਸਰ ਤੇ ਫਾਇਦਾ ਹਰ ਕਿਸੇ ਦਾ ਅਗਰ ਪੁੱਛਿਆ ਇਹਦੇ ਲਈ ਸਰਬੰਧਿਤ ਬਾਖ-ਬਖ ਪਹਿਲੂਆਂ 'ਤੇ ਸੋਚ ਵਿਚਾਰ ਵੀ ਕੀਤਾ ਗਿਆ ਐਲਜੀਓ ਨੇ ਉਂਦੇ ਕਨੇ ਗਲਬਾ ਦੌਰਾਨ ਉਹਨੇ ਕੀ ਹਰ ਚਾਲੀ ਤੇ ਸਹਿਯੋਗ ਦਾ ਪੂਰੋਸਾ ਦਵਾਇਆ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਾ ਸ਼ੁਰੂ ਹੋਣ ਦੇ سلسلے ਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰ ਇਕਾਂਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕਰਨੇ ਪੇਸ਼ ਕਰਾ ਕਰਦਾ ਹੈ ਇੱਕ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਹਦੇ ਤਹਿਤ ਹਰ ਸੰਘਾਰੇ ਬਦਲੇ ਨੌ ਬੀ ਵਾਲੇ ਡੋਗਰੀ ਬੁਲੇਟਿਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸਾਡੇ ਸ਼ੋਤਾ ਈਮੇਲ ਐਡਰੈਸ india75quiz@gmail.com ਉੱਪਰ ਭੇਜ ਸਕਦੇ ਨੇ ਸਹੀ ਜਵਾਬ ਭੇਜਣ ਵਾਲੇ ਸ਼ੋਤਾਏ ਚਾ ਤਰੋਂ ਦੀ ਪਰਚੀ ताल कर जेतू घोषित किया जाने नाए का ऐलान अगले रोज यानी मंगलवार नौवीं डोग है श्रोताएं अग्गे अपील है जो दे अपना पूरा पता भी लिखन ते जेतुए की सर्टिफिकेट डाके राए सीदे उर तर पुाए जा श्रोताएं अग्न इी अपील है सर्टिफिकेट थोने परैंत अपनी एक सेल्फी खिंचिए असें ईमेल उसी अपने सोशल मीडिया पर अपलोड करी बाकी की खबरें कने विजय बजाज जम्मू दे डिविजनल कमिश्नर डॉक्टर राघव लंगर उरीन जंदीचेरे राती उधमपुर जिले दावरा लाए खराब मौसम दे चलदे कुसे आपात स्थिति कने निपटने ले स्थापित कीते गेदे नियंत्रण कक्ष दे कामकाज दा निरीक्षण कीता ਆਪਣੇ ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਹੋਰੇ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਜੀਪੀ ਡੀਸੀਐਲ ਜਲਸ਼ਕਤੀ ਆਰਐਨਬੀ ਤੇ ਪੁਲਿਸ ਨਿਯੰਤਰਣ ਕਕਸ਼ਨ ਦਾ ਨਿਰੀਖਣ ਕੀਤਾ ਤੇ ਰਾਤੀ ਦੇ ਬੇਲੇ ਇਹਨੇ ਨਿਯੰਤਰਣ ਕਕਸ਼ ਦੇ ਕੰਮਕਾਜ ਦਾ ਜਾਇਜ਼ਾ ਲੈਤਾ ਇਸ ਦੌਰਾਨ ਆਰਐਨਬੀ ਤੇ ਪੀਐਮਜੀਐਸਵਾਈ ਦੇ ਨਿਯੰਤਰਣ ਕਕਸ਼ ਚਾਲੂ ਨਹੀਂ ਹੈ ਇਹ ਜਿੰਦਾ ਡਿਵੀਜ਼ਨਲ ਕਮਿਸ਼ਨਰ ਹੋਰੇ ਸੰਗਿਆਨ ਲਈ ਲੇਤਾ ਜ਼ਿਲ੍ਹਾ ਪੁਲਸ ਰਿਆਸੀ ਨੇ ਕਾਲਿਕ ਕੋਖਿਆਤ ਤਸਕਰਗੀ ਗ੍ਰਿਫਤਾਰ ਕਰੀ ਹੀ ਉਹਦੇ ਥਮਾ ਐਰੋਇਨ ਬਰਾਮਦ ਕੀਤੀ ਹੈ ਰਿਆਸੀ ਪੁਲਿਸ ਦੀ ਟੀਮ ਨੇ ਨੋਮੇਨ ਥਾਰ ਗੱਡੀਆਂ ਦੀ ਜਾਂਚ ਦੌਰਾਨ ਸੰਦਿਗਧ ਨਕਲੋਰ ਕਾ ਦਿੱਖੇ ਜਾਣੇ ਪਰ ਜੰਮੂ ਥਮਾ ਕਟੜਾ ਬੱਖੀ ਜਾ ਕਰ ਦੀ ਇੱਕ ਕਾਰ ਗੀ ਰੋਕਿਆ ਗੱਡੀ ਦੀ ਜਾਂਚ ਦੌਰਾਨ ਪੁਲਿਸ ਹੈ ਕ੍ਰਿਸਚੀਅਨ ਕਲੋਨੀ ਰਿਆਸੀ ਦੇ ਰਹਿਣ ਵਾਲੇ ਵਿੱਕੀ ਨਾਂ ਦੇ ਵਿਅਕਤੀ ਥਮਾ ਹੈਰੋਇਨ ਜ਼ਬਤ ਕੀਤੀ ਇਸ ਸਰਬੰਧਾ ਚ ਪੁਲਿਸ ਥਾਣੇ ਕਟੜਾ ਚ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਹੈ ਗੱਡੀ ਦੀ ਜ਼ਬਤ ਕਰੀਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਦੀ ਹੈ ਜੰਮੂ ਰਜੂਰੀ ਜਰਨਲਿਸਟਾਂ ਦੇ ਪਰ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਇਹ ਜਾ ਕਰਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਗਈ ਜਿਦੇ ਚ ਇੱਕ ਜਨੇ ਦੀ ਮੌਤ ਤੇ 5 ਜਨੇ ਜ਼ਖਮੀ ਹੋਈ ਕੇ ਸਾਡੇ ਰਜੂਰੀ ਸੰਵਾਦਦਾਤਾ ਸ਼ਕਤੀਪਾਲ ਮੁਜਬ 146 ਬਟਾਲੀਅਨ ਦੇ ਬੀਐਸਐਫ ਦੇ ਜਵਾਨ ਅਵਲਦਾਰ ਰਾਮਪਾਲ ਉੰਦੀ ਇਸ ਹਾਦਸੇ ਚ ਮੌਤ ਹੋਈ ਗਈ ਤੇ 5 ਹੋਰ ਜਵਾਨ ਜ਼ਖਮੀ ਹੋਈ ਕੇ ਜਿੰਦੇ ਚਾ ਦੌਂਦੀ ਹਾਲਤ ਗੰਭੀਰ ਹੀ ਇਹ ਬੱਸ ਪੁਂਚ ਥਮਾ ਜੰਮੂ ਆ ਵਕਰਦੀ ਕਾਨੂੰਾਈ ਦਾ ਇਸ਼ਾਰਾ ਹੈ ਰਜੋਰੀ ਜ਼ਿਲ੍ਹੇ ਚ ਚੌਕੀ ਗ੍ਰਾਂਕਾਂਸ਼ ਜੰਮੂ ਰਜੋਰੀ ਜਰਨਾਲੀ ਛੜਕਾ ਪਰ ਇਹ バス ਹਾਦਸਾ ਸ਼ਿਕਾਰ ਹੋਈ ਗਈ ਸਬਨੇ ਜ਼ਖਮੀਏ ਕੀ ਨਸ਼ਾਹਾਲੇ ਸਰਕਾਰੀ ਹਸਪਤਾਲ ਪੇ ਜਿੱਤੇਤਾ ਗਿਆ ਸ਼੍ਰੀਨਗਰ ਅੰਤਰਰਾਸ਼ਟਰੀ ਅਵਾਯ ਡੇਪਰਾ ਕਲੂਪਰਤਲੀ ਦੁਗੇਰੋਜ਼ ਵਿਪਾਰੀ ਬਰਖਾ ਬਰਫਬਾਰੀ ਤੇ ਕੱਟ ਰੋਸ਼ਨੀ ਦੇ ਚਲਦੇ 30 ਅਮਤੀ ਬਾਈ ਡਵਾਰੀਆਂ ਰੱਦ ਕਰ ਦਿੱਤੀਆਂ ਗਈਆਂ ਸ਼੍ਰੀਨਗਰ ਅੰਤਰਰਾਸ਼ਟਰੀ ਬਾਈ ਅੱਡੇ ਦੇ ਡਾਇਰੈਕਟਰ ਕੁਲਦੀਪ ਸਿੰਘ ਉਰੇ ਆਕਾਸ਼ਵਾਣੀ ਖਬਰਾਂ ਗਿ ਦੱਸਿਆ ਜੇ ਔਰ ਨੇ ਰਾਜਯੰਥਮਾ ਆਈ ਕੇ ਸ਼੍ਰੀਨਗਰ ਚ ਉਤਰਨੀ ਆਲੀ ਡਵਾਰੀਆਂ ਵੀ ਕੱਟ ਰੋਸ਼ਨੀ ਦੇ ਚਲਦੇ ਉੱਥੇ ਨਹੀਂ ਉ ਤੁਹਾਡੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਬਰਖਾ ਬਰਕਰਾਰ ਕਰਦੀ ਹੈ। ਰਾਮਪਨ ਜ਼ਿਲ੍ਹੇ 'ਚ 나ਸ਼ਰੀ ਤੇ ਬਨਿਆਲ ਬਿਸ਼ਕਾਰ ਕਿਸ਼ਥਾਰੇਂ ਪਰ ਪਹਾੜਾਂ ਪ੍ਰਾ ਕੋਪੜ ਪਾਉਣੀ ਦੀਆਂ ਕਟਨਾਇਆਂ ਕਿਤੇ ਨੱਚ ਰੱਖਦੀ ਹੋਈ ਜੰਮੂ ਸ਼ਟਨਾਗਰ ਰਾਜਯ ਜਨਾਲੀ ਛੜਕਿਆਂ ਪਰ ਗੱਡੀਆਂ ਦੀ ਆਉਜਾਈ ਫਿਲਾਲ ਰੋਕੀ ਦਿੱਤੀ ਗਈ ਹੈ। ਇਸ ਬਾਰੇ ਤਾਜ਼ਾ ਜਾਣਕਾਰੀ ਦਿਆ ਕਰਦਨ ਸੜੇ ਰਾਮਪਨ ਸੰਵਾਦ ਦਾਤਾ। आज राष्ट्रीय राजमार्ग पर जम्मू और श्रीनगर के बीच में वाहनों का यातायात बंद है क्योंकि नाक्ष और बानिहाल के बीच में कई जगहों पर पहाड़ से पत्थर लुढ़क रहे हैं एसडीएम डी एम बनिहाल अब्बास के मुताबिक कल रात से बानिहाल में सड़क पर बर्फ जमा होने और फिसलन की वजह से जो 190 यात्री गाड़ियाँ और तकरीबन तीन ट्रक रुके हुए थे वो अब कश्मीर घाटी की तरफ जा रहे हैं रामबन प्रशासन ने कल रात को फंसे हुए यात्रियों को गुंड शेल्टर शेड ਔਰ ਸਰਕਾਰੀ ਸਕੂਲਾਂ ਔਰ ਹੋਟਲੋ ਮੇਂ ਖੜਾਇਆ ਥਾ ਅੱਜ ਬਟੋ ਡੋੜਾ ਸੜਕ ਪਰ ਯਾਤਿਆਤ ਜਾ ਰਹੀ ਹੈ ਰਾਮਨਤ ਸੇ ਮੈਂ ਰਵਿੰਦਰ ਕਿਚਲ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਜਾਕਰ ਤੇ ਦੂਏ ਕ੍ਰਿਕਟ ਟੈਸਟ ਮੈਚ ਚ ਭਾਰਤ ਨੇ ਦੱਖਣੀ ਅਫਰੀਕਾ ਕੀ ਜਿੱਤ ਲਈ 240 ਰੰਜਾਂ ਦਾ ਲਕਸ਼ ਦਿੱਤਾ ਜਿਹਦੇ ਜਵਾਬ ਚ ਦੱਖਣੀ ਅਫਰੀਕਾ ਨੈਕਲ ਤਰੀਏ ਦਿਨੇ ਦਾ ਖੇਡ ਮੁਕਨੇ ਤੋੜੀ ਦੋਂ ਵਿਕਟਾਂ ਦੇ ਨੁਕਸਾਨ ਉਪਰ 118 ਰੰਜ ਬਣਾਈ ਲੱਤੇ ਦੇਖੇ ਇਹ ਦੇਸ਼ਾਂ ਪਹਿਲੇ ਚਿਤੇਸ਼ਵਰ ਪੁਜਾਰਾ ਦੇ 35 ਰੰਜੇ ਤੇ ਅਜਿੰਕੇ ਰਹਾਣੇ ਦੇ 56 ਰੰਜੇ ਦੇ ਯੋਗਦਾਨ ਦੇ ਚਲਦੇ ਭਾਰਤੀ ਟੀਮ ਨੇ ਆਪਣੀ ਦੂਈ ਪਾਰੀ ਚ 268 ਰੰਜ ਬਣਾਏ ਭਾਰਤ ਦੀ ਤਰਫਾ ਹਨੂਮਾ ਵਿਹਾਰੀ 40 ਰੰਜ ਬਣਾਈਏ ਨਾਬਾਦਰੇ ਆਪਣੀ ਪਹਿਲੀ ਪਾਰੀ ਚ ਭਾਰਤ ਨੇ 202 ਰਨਸ ਜਿਸ ਲਈ ਕਿ ਦੱਖਣੀ ਅਫਰੀਕਾ ਨੇ 229 ਰਨਸ ਬਣਾਏ ਹੈ ਰਿਆਸੀ ਜ਼ਿਲ੍ਹੇ ਚ ਭਾਰੀ ਬਰਖੇ ਪ੍ਰੰਤ ਪੁਲਿਸ ਪਾਸੇ ਅਲਰਟ ਜਾਰੀ ਕੀਤਾ ਗਿਆ ਰਿਆਸੀ ਦੇ ਐਸਐਸਪੀ ਸ਼ੈਲਿੰਦਰ ਸਿੰਘ ਹੁੰਦੇ ਮੁਜਬ ਜ਼ਿਲ੍ਹੇ ਚ ਭਾਰੀ ਬਰਖਾ ਦੇ ਮੱਦੇ ਨਜ਼ਰ ਮਤੇ ਸਾਰੇ ਜਲ ਸਰੋਤਾਂ ਚ ਮਤਾ ਪਾਣੀ ਪਹੁੰਚੀ ਗਿਆ ਦਾ ਜਿਹਦੇ ਕਰੀ ਲੋਕਾਂ ਦੀ ਸੋਗਾ ਕੀਤਾ ਗਿਆ ਜੇ ਉਹ ਕਿਸੇ ਵੀ ਜਲ ਸਰੋਤ ਦੇ ਮਤਾ ਨੇੜੇ ਨਹੀਂ ਜਾਣ ਇਹਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ